ਇਹਦੇ ਨਾਲ ਦੇ ਟਾਇਰ ਆ ਜੀ ਟਰੈਕਟਰ ਦੇ ਚਾਰੇ, ਠੀਕ ਹੈ ਜੀ। ਇਹਦੀ ਪਾਲਟੀ ਨੇ ਡਿਮਾਂਡ 5 ਦੀ ਕੀਤੀ ਆ, ਬਾਕੀ ਹੋ ਜਾਏਗਾ 4 ਸਪੀਡਾਂ ਵਾਲਾ ਜੀ T20 ਹੈ। ਇਹ 2012 ਮਾਡਲ ਟਰੈਕਟਰ ਹੈ ਜੀ, ਫਸਟ ਓਨਰ ਹੈ। ਇਹਦੇ ਅਗਲੇ ਟਾਇਰ ਹਾਲੇ ਨਾਲ ਦੇ ਨੇ। 2023 ਮਾਡਲ ਟਰੈਕਟਰ ਹੈ ਜੀ, ਠੀਕ ਹੈ ਜੀ। ਟਰੈਕਟਰ ਇੱਕ ਵਾਰ ਨਿਗਾਹ ਮਰਾ ਦਿਓ, ਹਾਲੇ ਨੰਬਰ ਵੀ ਨੀ ਉਤਰੇ ਟਾਇਰਾਂ ਦੇ। ਇਹ ਤਾਂ ਪੋਲੋ ਦੇ ਮਾਰਕੇ ਵੀ ਖੜੇ, ਹਾਂਜੀ। 21 ਮਾਡਲ ਹੈ, ਚਾਰੇ ਟਾਇਰ ਨਾਲ ਦੇ ਆ। ਟਰੈਕਟਰ ਵੀ ਬ੍ਰੈਂਡ ਨਿਊ ਹੈ ਬਿਲਕੁਲ, ਠੀਕ ਹੈ ਜੀ। ਇਹਦੀ ਪਾਲਟੀ ਡਿਮਾਂਡ ਕੀਤੀ ਹੈ ਜੀ 10.5 ਦੀ, ਬਾਕੀ ਇਹ ਵੀ ਹੋ ਜੂਗਾ ਰੇਟ। ਇਹ ਕਿਸੇ ਬੰਦੇ ਨੇ ਏਜੰਸੀ ਛੱਡੀ ਹੈ, ਠੀਕ ਹੈ ਜੀ। ਥੋੜੇ ਜਿਹੇ ਪੀਸ ਨੇ, ਜੇ ਕਿਸੇ ਨੂੰ ਇਕੱਠੇ ਚਾਹੀਦੇ ਉਹ ਵੀ ਦੇ ਦਾਂਗੇ ਆਪਾਂ, ਠੀਕ ਹੈ। 2024 ਦੇ 5ਵੇਂ ਮਹੀਨੇ ਦੇ ਮਾਰਕੇ ਨੇ ਟਰੈਕਟਰ ਦੇ, ਠੀਕ ਹੈ ਜੀ। ਸਿੱਧਾ ਬਿਲਿੰਗ ਹੋਏਗੀ, ਜਿੱਥੇ ਮਰਜ਼ੀ ਦੀ ਸਟੇਟ ਦਾ ਬੰਦਾ ਹੋਵੇ ਸਿੱਧਾ ਬਿੱਲ ਕੱਟੇ ਜਾਣਗੇ। ਬ੍ਰੈਂਡ ਨਿਊ ਟਰੈਕਟਰ ਨੇ, 24 ਮਾਡਲ ਨੇ ਸਾਰੇ। ਇਹ ਆਪਾਂ ਸਾਦੇ ਟਰੈਕਟਰ ਦੇ ਰੇਟ ਤੇ ਦੇ ਦਾਂਗੇ ਜੀ, ਕਿੰਨੇ ਦਿਨ ਨੂੰ ਭਾਈ? ਅਸੀਂ 8.5 ਦੀ ਡਿਮਾਂਡ ਰੱਖੀ ਹੈ ਜੀ, ਬਾਕੀ ਕੋਈ ਤੁਹਾਡੀ ਵੀਡੀਓ ਦੇਖ ਕੇ ਆਏਗਾ ਮਾਣਦਾਨ ਜ਼ਰੂਰ ਕਰਾਂਗੇ। ਸੋਨਾਲੀਕਾ 60 ਵਰਲਡ ਟਰੈਕ, ਇਹ 2021 ਮਾਡਲ ਟਰੈਕਟਰ ਹੈ ਜੀ, ਜਿਹੜਾ ਵਰਲਡ ਟਰੈਕ। ਕਈ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਸਾਨੂੰ ਵਰਲਡ ਟਰੈਕ ਚਾਹੀਦਾ। ਇਹ ਵੀ ਫਸਟ ਓਨਰ ਟਰੈਕਟਰ ਹੈ, 21 ਮਾਡਲ ਹੈ, ਟਾਇਰ ਨਾਲ ਦੇ ਹੀ ਆ ਟਰੈਕਟਰ ਦੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਆਪਣੇ ਜਨੂਰ ਦੇ ਵਿੱਚ। ਪਿਆਰੇ ਵੀਰੋ, ਆਪਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਲੈ ਕੇ ਚੁੱਕੇ ਹਾਂ ਕੋਕੂ ਟਰੈਕਟਰ 'ਤੇ, ਕਿਉਂਕਿ ਕਈ ਮੇਰੇ ਭਰਾਵਾਂ ਦੀ ਵੀ ਡਿਮਾਂਡ ਆ ਰਹੀ ਸੀ ਕੋਕੂ ਟਰੈਕਟਰ ਦੀ ਵੀਡੀਓ ਬਣਾਓ। ਪੂਰੇ ਵੀਰੋ ਕੋਲ ਨਵਾਂ ਸਟਾਕ ਆ ਚੁੱਕਿਆ ਜੀ, ਆਪਾਂ ਨੂੰ ਜਾਣਕਾਰੀ ਦੇਣਗੇ ਵੀਰ ਹੋਵੇ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫੇਰ ਸਵਾਗਤ ਹੈ ਜੀ ਕੁੱਕੂ ਟਰੈਕਟਰ ਤੇ। ਅੱਜ ਨਵੀਂ ਵੀਡੀਓ ਬਣਾਉਣ ਜਾ ਰਹੇ ਹਾਂ ਜੀ, ਨਵਾਂ ਸਟੋਕ ਆਇਆ ਪਿਆ ਸੀਗਾ, ਭਰਾ ਨੂੰ ਜਾਣਕਾਰੀ ਦੇ ਦਈਏ ਕਿਉਂਕਿ ਅੱਗੇ ਸੀਜ਼ਨ ਆ ਰਿਹਾ, ਲੋਕਾਂ ਨੂੰ ਟਰੈਕਟਰਾਂ ਦੀ ਭਾਲ ਰਹਿੰਦੀ ਹੈ। ਨਹੀਂ, ਗਾਹਕ ਆ ਰਹੇ ਨੇ ਜੀ, ਡੇਲੀ ਆ ਰਹੇ ਨੇ। ਜਿਹੜੇ ਚੰਗੇ ਟਰੈਕਟਰ ਦੇਖੋ ਉਹਨਾਂ ਦਾ ਕਦੀ ਮੰਦਾ ਆਉਂਦਾ ਹੀ ਨੀ। ਜਿਹੜੇ ਟਰੈਕਟਰ ਰੰਗ ਰੁੰਗ ਹੋਏ ਹੁੰਦੇ ਨੇ, ਤਿਆਰ ਹੋਏ ਹੁੰਦੇ ਨੇ, ਉਹਨਾਂ ਦਾ ਮੰਦਾ ਸਦਾ ਹੀ ਰਹਿੰਦਾ। ਸਹੀ ਗੱਲ ਹੈ, ਚੰਗੇ ਟਰੈਕਟਰ ਦਾ ਕੋਈ ਮੰਦਾ ਨਹੀਂ ਆਉਂਦਾ। ਠੀਕ ਠੀਕ ਹੈ ਜੀ, ਤੇ ਕਿਹੜੇ ਟਰੈਕਟਰ ਆਪਣੇ ਦਿਖਾਉਣੇ ਨੇ ਜੀ? ਦੇਖੋ ਜੀ, ਇਸ ਤੋਂ ਸ਼ੁਰੂ ਕਰ ਲੈਂਦੇ ਆਪਾਂ, ਹੋ ਲੈਣਾ ਆਇਆ ਆਪਾਂ ਨਵਾਂ, ਬਿਲਕੁਲ ਆ ਜਾਓ, ਫਿਰ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਆ। ਇਹ ਆ ਭਾਈ ਜੀ ਸਪੈਸ਼ਲ ਐਡੀਸ਼ਨ, 2023 ਮਾਡਲ ਟਰੈਕਟਰ ਹੈ ਜੀ, ਠੀਕ ਹੈ ਜੀ। ਟਰੈਕਟਰ ਇੱਕ ਵਾਰ ਨਿਗਾਹ ਮਰਾ ਦਿਓ, ਹਾਲੇ ਨੰਬਰ ਵੀ ਨੀ ਉਤਰੇ ਟਾਇਰਾਂ ਦੇ। ਇਹ ਤਾਂ ਪੋਲੋ ਦੇ ਮਾਰਕੇ ਵੀ ਖੜੇ, ਹਾਂਜੀ, ਐਵਰ ਜੀ ਦਿਖਾ ਦੇ। ਇਹ ਕਿੰਨੇ ਘੰਟੇ ਚੱਲਿਆ ਬਾਈ? ਇਹ ਤਾਂ ਥੋੜ੍ਹੀ ਚੱਲਿਆ ਜੀ, ਬਿਲਕੁਲ ਨਵਾਂ ਟਰੈਕਟਰ ਹੈ, 190 ਘੰਟੇ ਟਰੈਕਟਰ ਚੱਲਿਆ। 190 ਘੰਟੇ, ਫਿਰ ਤਾਂ ਨਵਾਂ ਟਰੈਕਟਰ ਹੈ ਜੀ, ਬ੍ਰੈਂਡ ਨਿਊ। 2023 ਦਾ 12ਵਾਂ ਮਹੀਨਾ, ਆਹ ਪਿੱਛੇ ਇੱਕ ਵਾਰ ਮਾਡਲ ਦਿਖਾ ਦਿਓ, 12ਵਾਂ ਮਹੀਨਾ 2023। ਇਹਦੀ ਜਿਹੜੀ ਆਰਸੀ ਬਣੀ ਆ ਉਹ 24 ਚ ਹੈ, ਆਪਾਂ ਟਰੈਕਟਰ ਤੇ 23 ਅਸੀਂ 23 ਕਹਿ ਰਹੇ ਹਾਂ, ਠੀਕ ਹੈ ਜੀ। 12ਵਾਂ ਮਹੀਨਾ 2023 ਦੇਖੋ, ਆਰਸੀ ਪਹਿਲੇ ਮਹੀਨੇ ਬੰਦਿਆਂ ਨੇ ਲਿਆ ਸੀ, ਇਹ ਆਰਸੀ 24 ਚ ਬਣੀ ਆ, ਪਰ ਟਰੈਕਟਰ ਤੇ 2023 ਹੈ ਦਸੰਬਰ ਦਾ, ਠੀਕ ਹੈ ਜੀ। ਤੇ ਕਿੰਨੇ ਦਾ ਬਣ ਜੂਗਾ ਜੀ ਟਰੈਕਟਰ? ਇਹ ਵੀਰ ਜੀ 8,15,000 ਰੁਪਏ ਸਾਡੀ ਡਿਮਾਂਡ ਕਰਦੀ ਹੈ ਪਾਲਟੀ, ਬਾਕੀ ਕਰ ਲਾਂਗੇ। ਸਾਡੇ ਕੋਲ ਕੁਛ ਟਰੈਕਟਰ ਹੁੰਦੇ ਨੇ, 2-4 ਆਪਣੇ, ਬਾਕੀ ਕਸਟਮਰ ਦਾ ਟਰੈਕਟਰ ਖੜੇ ਨੇ। ਜਿਹੜਾ ਕੋਈ ਭਰਾ ਵੀਡੀਓ ਦੇਖ ਕੇ ਆਏਗਾ ਆਪਾਂ ਸੌਦਾ ਕਰਾ ਲਾਂਗੇ, ਠੀਕ ਹੈ ਠੀਕ ਹੈ ਜੀ। ਬਾਕੀ ਆਹ ਖੜਾ ਜੀ 5510, ਇਹ ਵੀ ਟਰੈਕਟਰ ਨਵਾਂ ਜੀ ਬਿਲਕੁਲ, ਠੀਕ ਹੈ ਜੀ। ਇਹ ਹੈਗਾ ਜੀ ਟਰੈਕਟਰ 2022 ਮਾਡਲ, 22 ਮਾਡਲ ਜੀ, ਹਾਂਜੀ ਹਾਂਜੀ, 5510 XL Series 2022 ਮਾਡਲ। ਇਹ ਮਾਈਕੋ ਪੰਪ ਦੇ ਵਿੱਚ ਟਰੈਕਟਰ ਹੁੰਦਾ ਜੀ, ਇਹ ਵੀ ਟਰੈਕਟਰ ਨਵਾਂ ਬਿਲਕੁਲ। ਆਹ ਦੇਖੋ, ਇਹਦੇ ਵੀ ਇੱਕ ਵਾਰ ਨਿਗਾਹ ਮਰਾ ਦਿਓ, ਬਿਲਕੁਲ ਨਵੇਂ ਆ ਜੀ ਤੁਹਾਨੂੰ ਉਸ ਤੋਂ ਸ਼ੁਰੂਆਤ ਕਰ ਰਹੇ ਹਾਂ ਜਿਹੜੇ ਬਹੁਤ ਘੱਟ ਚੱਲੇ ਨੇ, ਠੀਕ ਹੈ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਵੀ ਕਿਸੇ ਭਰਾ ਨੇ ਲੈਣਾ ਜੀ, ਇਹ 6.85 ਦਾ ਜੀ, 6.85 ਜੀ ਬਾਕੀ ਕੋਈ ਨੀ, ਜਿਹੜਾ ਕੋਈ ਵੀਡੀਓ ਦੇਖ ਕੇ ਆਏਗਾ ਮ
ਆਪਣੇ ਟੈਟਰ ਦੇ ਠੀਕ ਹੈ ਜੀ ਹੈ ਫਸਟ ਪਾਰਟੀ ਦਾ ਇਹਦੀ ਪਾਰਟੀ ਨੇ ਡਿਮਾਂਡ ਕੀਤੀ ਹੈ 4.25 ਬਾਕੀ ਕੋਈ ਭਰਾ ਆਏਗਾ ਮਾਣ ਤਾਣ ਹੋ ਜਾਊਗਾ ਵੈਸੇ ਉਹਨਾਂ ਦਾ ਵੀ ਅਰਜਨ 605 ਦੇ
ਲਗਭਗ ਜੀ ਪਾਵਰ ਹੈ 52 ਜੀ 57 ਦਾ ਠੀਕ ਹੈ। ਬਾਕੀ ਇਸੇ ਤਰ੍ਹਾਂ ਨੋਵੋ ਖੜਾ ਜੀ 20 ਮਾਡਲ, ਆ 60-55 ਖੜਾ ਜੀ 17 ਮਾਡਲ T20, ਇਹਦੇ ਨਾਲ ਦੇ ਟਾਇਰ ਆ ਜੀ ਟਰੈਕਟਰ ਦੇ ਚਾਰੇ। ਠੀਕ ਹੈ ਜੀ, ਇਹਦੀ ਪਾਰਟੀ ਨੇ ਡਿਮਾਂਡ 5 ਦੀ ਕੀਤੀ ਆ, ਬਾਕੀ ਹੋ ਜਾਏਗਾ 4 ਸਪੀਡਾਂ ਵਾਲਾ ਜੀ T20 ਹੈ। ਅੱਗੇ ਸੋਨਾਲੀਕਾ 60 ਖੜਿਆ ਜੀ, ਇਹ ਵੀ ਦਿਖਾ ਦਿਓ ਭਰਾਵਾਂ ਨੂੰ। ਇਹ 2021 ਮਾਡਲ ਟਰੈਕਟਰ ਹੈ ਜੀ, ਇਹ ਆਪਣਾ ਖੰਨੇ ਏਰੀਆ ਦਾ ਨੰਬਰ ਹੈ ਇਹਦਾ। ਇਹ ਟਰੈਕਟਰ ਦੀ ਡਿਮਾਂਡ ਹੈਗੀ ਜੀ 5-70, ਬਾਕੀ ਕੋਈ ਨੀ ਵੀਡੀਓ ਦੇਖ ਕੇ ਆਏਗਾ ਜਿਹੜਾ ਕਰ ਲਾਂਗੇ ਆਪਾਂ। ਇਹਦੀ 5-70 ਹੈ ਜੀ? ਹਾਂਜੀ ਹਾਂਜੀ ਠੀਕ ਹੈ ਠੀਕ। ਆਹ ਟਰੈਕਟਰ ਦਿਖਾਓ ਜੀ ਵੀਡੀਓ ਦੇ ਵਿੱਚ, ਸਾਨੂੰ ਬਹੁਤ ਫੋਨ ਆਉਂਦੇ ਨੇ ਵੀ ਘੱਟ ਬਜਟ ਦੇ ਵਿੱਚ ਸਾਨੂੰ ਜੋਂਡੀਅਰ ਚਾਹੀਦੇ ਨੇ, ਆਹ ਦਿਖਾਓ ਵੀਡੀਓ ਦੇ ਵਿੱਚ, ਅਸੀਂ ਦੋ ਲਿਆਂਦੇ ਨੇ, ਇਸ ਤੋਂ ਸ਼ੁਰੂ ਕਰਦੇ ਹਾਂ ਆਪਾਂ। ਇਹ 2012 ਮਾਡਲ ਟਰੈਕਟਰ ਹੈ ਜੀ, ਫਸਟ ਓਨਰ ਹੈ, ਇਹਦੇ ਅਗਲੇ ਟਾਇਰ ਹਾਲੇ ਨਾਲ ਦੇ ਨੇ, ਦਿਖਾ ਵੀ ਸਕਦੇ ਹੋ ਤੁਸੀਂ, 2012 ਲਿਖਿਆ ਹੋਇਆ। ਤੇ ਪਿਛਲੇ ਟਾਇਰ ਜਿਹੜੇ ਨੇ BKT ਦੇ ਨਵੇਂ ਨੇ, ਬਿਲਕੁਲ 90% ਮੰਨ ਲਓ। ਬਾਕੀ ਟਰੈਕਟਰ ਤੁਹਾਡੇ ਸਾਹਮਣੇ ਹੈ ਜੀ ਸਾਰਾ, ਇਹ 50-55 ਹੈ, 55 HP ਵਾਲਾ ਜੀ, 55 HP ਵਾਲਾ ਜੀ ਇਹ। ਠੀਕ ਹੈ ਠੀਕ ਹੈ ਜੀ। ਬਾਕੀ 50-50 ਵੀ ਖੜਾ, ਉਹ ਵੀ ਦਿਖਾਉਂਦੇ ਹਾਂ ਤੁਹਾਨੂੰ। ਇਹ ਕਿੰਨੇ ਦਾ ਬਣੂਗਾ ਜੀ? ਇਹਦੀ ਡਿਮਾਂਡ ਪਾਰਟੀ ਨੇ 4 ਦੀ ਕੀਤੀ ਹੈ, ਬਾਕੀ ਹੋ ਜਾਊਗਾ ਰੇਟ। ਠੀਕ ਹੈ। ਪਰ ਟਰੈਕਟਰ ਦੇ ਪੈਸੇ ਨਹੀਂ ਲੱਗਣ ਵਾਲੇ, ਇਹਦੇ 'ਚ ਇੱਕ ਹੋਰ ਖੂਬੀ ਹੈ, ਰਿਵਰਸ PTO ਵਾਲਾ। ਠੀਕ ਹੈ ਜੀ, ਇਹ ਜਿਹੜਾ ਮਾਡਲ ਹੈ ਰਿਵਰਸ PTO ਵਾਲਾ, ਜਿਹੜੀ ਆਪਣੇ ਸੁਰਾਜ ਦੀ ਆਉਂਦੀ ਆ, ਪੁੱਠੀ ਘੁਮਾਏਗਾ ਜੀ। ਠੀਕ ਹੈ ਠੀਕ ਹੈ ਜੀ। ਬਾਕੀ ਆਹ ਖੜਾ ਜੀ, ਇਹ 2014 ਮਾਡਲ ਟਰੈਕਟਰ ਹੈ ਜੀ, 14 ਮਾਡਲ। ਹਾਂਜੀ, ਇਹ ਮਾਈਕੋ ਪੰਪ ਦੇ ਵਿੱਚ ਆਉਂਦਾ, ਇੱਕ ਵਾਰ ਨਿਗਾਹ ਮਰਾ ਦੋ, ਟਰੈਕਟਰ ਦੀ ਕੋਈ ਵੀ ਚੀਜ਼ ਨਹੀਂ ਹਲੇ, ਡੀਜ਼ਲ ਪੰਪ ਕੋਈ ਰੇਸ ਨਾਲ ਛੇੜਖਾਨੀ ਕੁਛ ਵੀ ਨਹੀਂ ਹੋਇਆ ਵਾ, ਬਹੁਤ ਸਾਫ਼ ਟਰੈਕਟਰ ਹੈ ਵੀ। ਇਹਦੇ ਵੀ ਟਾਇਰ ਵਧੀਆ ਨੇ ਜੀ, BKT ਦੇ, ਮੰਨ ਲਓ 80% ਟਾਇਰ ਪਏ ਟਰੈਕਟਰ ਦੇ ਵੀ। ਠੀਕ ਹੈ ਜੀ, ਵਧੀਆ ਟਾਇਰਾਂ 'ਚ, ਇਹ ਵੀ ਫਸਟ ਪਾਲਟੀ ਦਾ ਟਰੈਕਟਰ ਹੈ, ਇਹ ਤਾਂ ਸਿਰਫ ਕਲੱਚ ਕਲੱਚ ਖੁੱਲਿਆ, ਬਾਕੀ ਸਾਰਾ ਟਰੈਕਟਰ ਸ਼ਿਲਡ ਹੈ, ਡੀਜ਼ਲ ਪੰਪ ਤੱਕ ਨਾਲ ਦੇ ਨੇ ਟਰੈਕਟਰ ਦੇ ਵਾਲੇ। ਇੱਕ ਵਾਰ ਨਿਗਾਹ ਮਰਾ ਦੋ, ਅਸੀਂ ਕੋਲ ਸਾਰਾ ਸ਼ਿਲਡ ਟਰੈਕਟਰ ਹੈ। ਇਹ ਵੀਰ ਜੀ ਕਿੰਨੇ ਦਾ ਬਣੂਗਾ ਜੀ? ਇਹਦੀ ਡਿਮਾਂਡ ਪਾਰਟੀ ਦੇ 4.5 ਦੀ ਕੀਤੀ ਹੈ, ਬਾਕੀ ਹੋ ਜਾਊਗਾ। ਠੀਕ ਹੈ ਠੀਕ। ਪਰ ਟਰੈਕਟਰ ਸਾਫ਼ ਹੈ, ਇਹਨੂੰ ਡਿਸਟ੍ਰੀਬਿਊਟਰ ਵੀ ਲੱਗਿਆ ਹੋਇਆ ਜੀ, ਉਹ ਵੀ ਦਿਖਾ ਦਿਓ ਇੱਕ ਵਾਰ। ਟਰੈਕਟਰ ਬਹੁਤ ਸਾਫ਼ ਹੈ ਜੀ, ਇਹ ਵੀ ਆਰੇ ਮੈਂ ਦੇਖੋਗੇ ਮੈਂ ਪੈਣ ਟਰੈਕਟਰ ਦੇ। ਅੱਗੇ ਖੜਾ ਜੀ ਸੋਨਾਲੀਕਾ 60 ਵਰਲਡ ਟਰੈਕ, ਇਹ 2021 ਮਾਡਲ ਟਰੈਕਟਰ ਹੈ ਜੀ, ਜਿਹੜਾ ਵਰਲਡ ਟਰੈਕ, ਕਈ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਸਾਨੂੰ ਵਰਲਡ ਟਰੈਕ ਚਾਹੀਦਾ। ਇਹ ਵੀ ਫਸਟ ਓਨਰ ਟਰੈਕਟਰ ਹੈ, 21 ਮਾਡਲ ਹੈ, ਟਾਇਰ ਨਾਲ ਦੇ ਹੀ ਹੈ ਟਰੈਕਟਰ ਦੇ। ਇਹ ਚੱਲਿਆ ਜੀ ਟਰੈਕਟਰ 1400 ਘੰਟੇ ਚੱਲਿਆ ਹੈ। ਹਾਂਜੀ ਠੀਕ ਹੈ ਠੀਕ ਹੈ। ਇਹਦੀ ਪਾਲਟੀ 6 ਲੱਖ ਦੀ ਡਿਮਾਂਡ ਕਰਦੀ ਹੈ, ਬਾਕੀ ਹਾਂਜੀ ਟੋਪ ਮਾਡਲ ਆਉਂਦਾ ਵਰਲਡ ਟਰੈਕ, ਸਿਕੰਦਰ ਸਾਰਾ ਕੁਛ ਆ ਜਾਂਦਾ। ਕਿੰਨੇ ਦਾ ਸੀ ਆਪਣੇ ਇਹ? ਇਹ ਹੈਗਾ ਜੀ 6 ਲੱਖ ਦਾ। 6 ਲੱਖ ਦਾ? ਹਾਂਜੀ ਠੀਕ ਠੀਕ ਹੈ ਜੀ। ਜੇ ਕਿਸੇ ਭਰਾ ਨੂੰ ਪ੍ਰੀਤ ਲੈਣਾ ਹੈ, ਪ੍ਰੀਤ ਵੀ ਆਇਆ ਜੀ, ਬਿਲਕੁਲ ਨਵਾਂ ਟਰੈਕਟਰ ਹੈ ਵੀ, ਇਹ 23 ਮਾਡਲ ਟਰੈਕਟਰ ਹੈ ਜੀ, 2023 ਮਾਡਲ। ਹਾਂਜੀ ਠੀਕ ਹੈ, 60-58-23 ਮਾਡਲ ਨਵੀਂ ਸ਼ੋਅ ਦੇ ਵਿੱਚ। ਇਹ ਕਿਸੇ ਭਰਾ ਨੇ ਲੈਣਾ ਜੀ, ਡਿਮਾਂਡ 5 ਲੱਖ ਦੀ ਹੈ, ਬਾਕੀ ਕੋਈ ਨੀ, ਹੋ ਜਾਊਗਾ ਰੇਟ। ਠੀਕ ਹੈ ਠੀਕ ਹੈ ਜੀ। ਬਾਕੀ ਆ ਜਾਓ, ਨਿਗਾਹ ਮਰਾ ਲੈਣਾ ਤੁਹਾਨੂੰ। ਬਾਕੀ ਟਾਇਰ ਆਪਾਂ ਤੁਹਾਨੂੰ ਪਤਾ ਜੀ, ਟਾਇਰ ਨਵੇਂ ਪਏ ਨੇ ਜੀ, ਆਪਾਂ ਘੱਟ ਬਜਟ ਵਾਲਾ ਟਰੈਕਟਰ ਖੜਾ ਜੀ। ਕੋਈ ਭਰਾ ਕਹਿੰਦੇ ਨੇ ਸਾਨੂੰ ਘੱਟ ਪੈਸਿਆਂ ਵਾਲਾ ਟਰੈਕਟਰ ਚਾਹੀਦਾ, 3,20,000 ਦਾ ਟਰੈਕਟਰ ਹੈ, 16 ਮਾਡਲ ਹੈ, ਇਹ 3 ਸਿਲੰਡਰ 60 ਹੁੰਦਾ, 3 ਸਪੀਡ ਹੈ, 3 ਸਪੀਡ ਵਾਲਾ। 3 ਲੱਖ ਕਿੰਨੇ ਦਾ ਜੀ? 3,20 ਦਾ। 3,20 ਦਾ, 3-15-20 ਦੀ ਰੇਂਜ ਵਾਲਾ। ਠੀਕ ਹੈ ਠੀਕ ਹੈ। ਅੱਗੇ ਆ ਗਿਆ ਜੀ 54-5, 54-05 ਜੌਂਡੀਅਰ, ਇਹ ਹੈਗਾ ਜੀ 2021 ਮਾਡਲ ਟਰੈਕਟਰ, 21 ਮਾਡਲ। ਠੀਕ ਹੈ ਠੀਕ ਹੈ ਜੀ। 21 ਮਾਡਲ ਹੈ, 4 ਟਾਇਰ ਨਾਲ ਦੇ ਟਰੈਕਟਰ, ਇਹ ਵੀ ਬ੍ਰੈਂਡ ਨਿਊ ਹੈ ਬਿਲਕੁਲ। ਠੀਕ ਹੈ ਜੀ। ਇਹਦੀ ਪਾਰਟੀ ਡਿਮਾਂਡ ਕੀਤੀ ਹੈ ਜੀ 10.5 ਦੀ, ਬਾਕੀ ਇਹ ਵੀ ਹੋ ਜਾਊਗਾ ਰੇਟ। ਬਾਕੀ ਇਸੇ ਤਰ੍ਹਾਂ ਆਪਣੇ ਕੋਲ ਅਰਜਨ ਖੜੇ ਨੇ 655 ਮਾਈਕੋ ਪੰਪ ਵਾਲਾ, 755 ਮਾਈਕੋ ਪੰਪ ਵਾਲਾ, ਉਹ ਵੀ 755, ਇਹ 3 21 ਮਾਡਲ ਟਰੈਕਟਰ ਨੇ ਜੀ। ਠੀਕ ਹੈ ਜੀ। ਬਾਕੀ ਇਹ ਵੀ 21 ਮਾਡਲ ਹੈ, 56, ਤੇ ਇਹਨਾਂ ਦੀ ਮਾੜੀ ਜੀ ਬੋਲ ਦਿਓ
ਇਹ 56 ਵੀ 2021 ਮਾਡਲ ਟਰੈਕਟਰ ਹੈ ਜੀ। ਇਹਦੀ ਪਾਲਟੀ ਡਿਮਾਂਡ ਕਰਦੀ ਹੈ ਜੀ 10,80,000 ਦੀ। ਬਾਕੀ ਕੋਈ ਨੀ, ਕੋਈ ਆਏਗਾ ਭਰਾ ਮਾਣ ਤਾਣ ਹੋ ਜੂਗਾ। ਤੇ ਡਿਊਜ ਫਾਰ ਖੜਾ ਜੀ 2016 ਜਾਂ 17 ਮਾਡਲ ਹੈ 70 HP ਵਾਲਾ। ਇਹਦੀ 7,00,000 ਪਾਲਟੀ ਡਿਮਾਂਡ ਕਰਦੀ ਹੈ, 4x4 AB ਹੋ ਜੂਗਾ। ਠੀਕ ਹੈ ਜੀ। ਬਾਕੀ ਅਰਜਨ ਜਿਹੜੇ ਖੜੇ ਨੇ, ਅਰਜਨ 605, 555 ਸਾਰੇ ਮਿਲ ਜਾਣਗੇ। ਜਿਹੜਾ ਜਿਹੜਾ ਤੁਹਾਨੂੰ ਚਾਹੀਦਾ ਉਹ ਮਾਡਲ ਉਹ ਮਿਲ ਜਾਏਗਾ। ਬਾਕੀ ਆ 0 ਮੀਟਰ ਲਿਆਏ ਪਏ ਨੇ, ਤੁਹਾਨੂੰ ਉਹਦੀ ਵੀ ਨਿਗਾਹ ਮਰਾਨੇ ਆ ਜੀ। ਆਏ ਨੇ ਜੀ ਬਿਲਕੁਲ ਨਵੇਂ 0 ਮੀਟਰ। ਠੀਕ ਹੈ ਜੀ, ਇਹ 0 ਮੀਟਰ ਦੇ ਵਿੱਚ ਨੇ ਜੀ। ਇਹ ਕਿਸੇ ਬੰਦੇ ਨੇ ਏਜੰਸੀ ਛੱਡੀ ਹੈ। ਠੀਕ ਹੈ ਜੀ। ਥੋੜੇ ਜਿਹੇ ਪੀਸ ਨੇ, ਜੇ ਕਿਸੇ ਨੂੰ ਇਕੱਠੇ ਚਾਹੀਦੇ ਉਹਨੂੰ ਵੀ ਦੇ ਦਾਂਗੇ ਆਪਾਂ। 2024 ਦੇ 5ਵੇਂ ਮਹੀਨੇ ਦੇ ਮਾਰਕੇ ਨੇ ਟਰੈਕਟਰ ਦੇ। ਠੀਕ ਹੈ ਜੀ। ਸਿੱਧਾ ਬਿਲਿੰਗ ਹੋਏਗੀ, ਜਿੱਥੇ ਮਰਜ਼ੀ ਦੀ ਸਟੇਟ ਦਾ ਬੰਦਾ ਹੋਵੇ ਸਿੱਧਾ ਬਿੱਲ ਕੱਟੇ ਜਾਣਗੇ। ਬ੍ਰੈਂਡ ਨਿਊ ਟਰੈਕਟਰ ਨੇ, 24 ਮਾਡਲ ਨੇ ਸਾਰੇ। ਇਹ ਆਪਾਂ ਸਾਦੇ ਟਰੈਕਟਰ ਦੇ ਰੇਟ ਤੇ ਦੇ ਦਾਂਗੇ ਜੀ। ਜਿਹੜਾ ਬੰਦਾ ਰਹਿੰਦਾ ਸਿੱਧੀ ਉਹਦੇ ਨਾਲ ਦੀ ਆਰਸੀ, ਸਿੱਧਾ ਉਹਦੇ ਨਾਲ ਦੀ ਆਰਸੀ ਹੋਊਗੀ, ਔਰ ਮਾਰਕੇ ਵੀ 24 ਦੇ ਆ ਦੇ। ਠੀਕ ਹੈ। ਏਜੰਸੀ ਛੱਡੀਆਂ ਕੁਝ ਟਰੈਕਟਰ ਨੇ, ਆਪਾਂ ਸਾਰੇ ਹੀ ਲੈ ਲੇ। ਤੇ ਜਿਹੜਾ ਕੋਈ ਭਰਾ ਲਏਗਾ ਫਾਇਦਾ ਹੋ ਜੂਗਾ ਉਹਦਾ, ਨਵੇਂ ਨਾਲੋਂ ਬਹੁਤ। ਆਪਾਂ ਸਾਦੇ ਟਰੈਕਟਰ ਦੇ ਰੇਟ ਤੇ ਆਪਾਂ 4-wheel ਟਰੈਕਟਰ ਦੇ ਦਾਂਗੇ, ਮਾਈਕੋ ਪੰਪ ਦੇ ਵਿੱਚ ਆਉਂਦਾ ਜੀ। ਜਿਹੜੇ ਤੇ ਕਿੰਨੇ ਦਿਨ ਜੀ ਭਾਈ? ਅਸੀਂ 8.5 ਦੀ ਡਿਮਾਂਡ ਰੱਖੀ ਹੈ ਜੀ। ਬਾਕੀ ਕੋਈ ਤੁਹਾਡੀ ਵੀਡੀਓ ਦੇਖ ਕੇ ਆਏਗਾ, ਮਾਣ ਤਾਣ ਜ਼ਰੂਰ ਕਰਾਂਗੇ। ਠੀਕ ਹੈ, ਠੀਕ ਹੈ ਜੀ। ਬ੍ਰੈਂਡ ਨਿਊ ਟਰੈਕਟਰ ਹੈ, 24 ਮਾਡਲ ਹੈ। ਤੇ ਹੋਰ ਟਰੈਕਟਰ ਕਿਹੜੇ ਨੇ ਆਪਣੇ ਕੋਲ? ਹੋਰ ਟਰੈਕਟਰ ਪਰਲੀ ਦੁਕਾਨ ਤੇ ਲਾਏ ਪੈਣੀ, ਉਹ ਵੀ ਦਿਖਾ ਦਿੰਦਾ ਤੁਹਾਨੂੰ। ਚਲੋ ਆਪਾਂ ਜਿਹੜਾ ਹਰ ਟਰੈਕਟਰ ਦੇ ਵਿੱਚ ਬੈਨੀਫਿਟ ਹੈ ਜੀ, ਅੱਜ ਤੁਸੀਂ ਨਵਾਂ ਕੋਈ ਵੀ ਟਰੈਕਟਰ ਲੈ ਲਓ, ਫਾਰਮ ਟਰੈਕ ਲੈ ਲਓ, 855 ਲੈ ਲਓ, ਕੋਈ ਵੀ ਸਾਦਾ 2-wheel ਟਰੈਕਟਰ 8.5 ਲੱਖ ਤੋਂ ਥੱਲੇ ਨਹੀਂ ਹੈ ਕੰਪਨੀ 'ਚ। ਤੇ ਆਪਾਂ ਨੂੰ ਉਸੇ ਰੇਟ ਦੇ ਵਿੱਚ 4-wheel ਮਿਲ ਰਿਹਾ ਔਰ 24 ਮਾਡਲ ਚੇਂਜਰ ਵਾਲਾ, ਮਤਲਬ 8.5 ਦਾ ਅੱਜਕੱਲ੍ਹ ਸਿੰਪਲ ਦੇ ਵਿੱਚ ਜੀ। ਸਿੰਪਲ ਟਰੈਕਟਰ ਰੇਟ ਤੇ ਆ, ਚੇਂਜਰ ਵੀ ਆ, ਟੋਪ ਮਾਡਲ ਵੀ ਆ, ਮਾਈਕੋ ਪੰਪ ਵੀ ਆ। ਹਾਂਜੀ, ਸਹੀ ਗੱਲ ਹੈ ਜੀ। ਹਰ ਸਿੰਪਲ ਟਰੈਕਟਰ ਦਿਖਾ, ਮਾਈਕੋ ਪੰਪ ਦਾ ਪੰਪ ਲੱਗਿਆ ਹੋਇਆ। ਇਹ ਟਰੈਕਟਰ 'ਚ ਬੈਨੀਫਿਟ ਹੈ, ਇਹੋ ਜਿਹੜੇ ਟਰੈਕਟਰ ਹੁੰਦੇ ਨੇ ਰੋਜ਼ ਰੋਜ਼ ਨਹੀਂ ਮਿਲਦੇ, ਕਦੀ ਕਦੀ ਮਿਲਦੇ ਨੇ, ਇਹ ਆਉਂਦੇ ਸਾਰੇ ਵਿਕ ਜਾਂਦੇ ਨੇ। ਸਹੀ ਗੱਲ, ਕਿਸੇ ਭਰਾ ਨੂੰ ਇਕੱਠੇ ਚਾਹੀਦੇ ਹੋਣ ਉਹਦਾ ਵੀ ਦੇ ਦਾਂਗੇ ਆਪਾਂ। ਹਾਂਜੀ, ਸਹੀ ਗੱਲ ਹੈ। ਬਾਕੀ ਆ ਜਾਓ, ਤੁਹਾਨੂੰ ਦੂਜੀ ਦੁਕਾਨ ਤੇ ਦਿਖਾਉਂਦੇ ਆ ਭਾਈ, ਸਟਾਕ ਉੱਧਰ ਖੜੇ ਨੇ, ਉਰੇ ਆਉਂਦੇ ਨਹੀਂ, ਇੱਕ ਵਾਰ ਉੱਥੇ ਨਿਗਾਹ ਮਰਾ ਦਿੰਦੇ। ਹਾਂਜੀ ਬ੍ਰੋ, ਇਸ ਟਰੈਕਟਰ ਦੇ ਬਾਈਕ ਨੇ ਆਪਾਂ ਨੂੰ ਦਿਖਾਏ, ਬਾਕੀ ਕਾਫੀ ਟਰੈਕਟਰ ਉੱਧਰ ਖੜੇ ਨੇ, ਉਹ ਵੀ ਆਪਾਂ ਕਵਰ ਕਰਦੇ ਹਾਂ, ਕੋਈ ਵੀਡੀਓ ਕਾਫੀ ਲੰਬੀ ਹੋ ਰਹੀ ਹੈ, ਇਸ ਲਈ ਆਪਾਂ ਉਹ ਤੇ ਲੱਗ ਵੀਡੀਓ 'ਚ ਲੈ ਕੇ ਆਵਾਂਗੇ। ਸਾਡੀ ਦੁਕਾਨ ਹੈਗੀ ਜੀ, ਬਸ ਤੁਸੀਂ ਰਾਜਪੁਰਾ ਰੋਡ ਤੋਂ ਆਓਗੇ ਨਾ ਜੀ, ਸਾਹਮਣੇ ਦੇਖੋ ਬਿਲਕੁਲ ਸਦਰ ਥਾਣਾ। ਠੀਕ ਹੈ, ਠੀਕ ਹੈ ਜੀ। ਟਰੈਕਟਰ ਮਾਰਕੀਟ ਪਟਿਆਲਾ ਸਦਰ ਥਾਣੇ, ਸਦਰ ਥਾਣੇ ਤੋਂ ਬਿਲਕੁਲ ਸਾਹਮਣੇ ਆਣਾ, ਕਿੱਥੇ ਨਹੀਂ ਮੁੜਨਾ, 140 ਨੰਬਰ ਦੁਕਾਨ ਆ ਸਾਡੀ, ਹਰਨੂ ਟਰੈਕਟਰ ਦੇ ਨਾਮ ਤੇ ਹੈ। ਠੀਕ ਹੈ ਜੀ। ਬਾਕੀ ਦੂਜੀ ਮੋੜ ਤੇ ਆ ਸਾਡੀ, ਉਹ 169 ਨੰਬਰ ਆਇਆ, ਉੱਥੇ ਕੁੱਕੂ ਟਰੈਕਟਰ ਲਿਖਿਆ ਹੋਇਆ। ਠੀਕ ਹੈ ਜੀ, ਉਹ ਵੀ ਤੁਹਾਨੂੰ ਦਿਖਾ ਦਿੰਦੇ ਆ। ਬਾਕੀ ਕਿਸੇ ਭਰਾ ਨੂੰ ਰੂਟਾਵੇਟਰ ਚਾਹੀਦੇ ਹੋਣੇ ਵੀ ਆਪਣੇ ਕੋਲ 0 ਮੀਟਰ ਵਾਲੇ ਆਏ ਨੇ, ਵੀ ਸਟੋਕ ਕਲੀਅਰ ਕਰਨਾ ਸੀ ਕੰਪਨੀ ਦੇ, 6 ਤੋਂ 7 ਫੁੱਟ 8 ਫੁੱਟ ਜਿਹੜਾ ਮਰਜ਼ੀ ਚਾਹੀਦਾ ਹੋਵੇ ਸਾਰੇ ਮਿਲ ਜਾਣਗੇ, ਅਵੇਲੇਬਲ ਨੇ, ਫਰੀਦ ਕੰਪਨੀ ਦੇ ਨੇ ਸਾਰੇ। ਇਹ ਵੀ ਨਵੇਂ ਨਾਲੋਂ ਆਪਣਾ ਫਾਇਦਾ ਹੋ ਜੂਗਾ, ਦੇਖਦੇ ਨੇ ਆਪਾਂ ਜਿਹੜੇ ਨਹੀਂ। ਇਹ ਆਪਣੇ 60 ਤੋਂ ਲੈ ਕੇ 90,000 ਦੇ ਵਿੱਚ ਵੀ ਨਹੀਂ, ਜਿੰਨਾ ਵੱਡਾ ਹੋਈ ਜਾਏਗਾ ਰੇਟ ਵਧੀ ਜਾਏਗਾ। ਠੀਕ ਹੈ, ਕੰਪਨੀ ਨਾਲੋਂ ਬਹੁਤ ਫਾਇਦਾ ਹੋ ਜੂਗਾ, ਘੱਟੋ ਘੱਟ 40,000 ਦਾ ਫਾਇਦਾ ਹੋ ਜੂਗਾ। ਠੀਕ, ਆ ਜਾਓ, ਤੁਹਾਨੂੰ ਦੂਜੀ ਦਿਨ ਨਿਗਾਹ ਮਰਾਉਂਦੇ ਆ ਜੀ।